ਮੇਰੇ ਪੱਲੇ ਨੇ ਕੋਈ ਛੱਡ ਕੇ ਗਿਆ, ਮੈਂ ਕਿੱਥੋਂ ਲੱਭਾਂਗੀ ਹੀਰਾ, ਹੀਰਾ ਪੁੱਤਰ ਕਿੱਥੋਂ ਲੱਭਾਂਗੀ, ਬੇਟਾ ਸੀਗਾ ਕੀ ਕਰਾਂ ਭਾਜੀ। ਦੋ ਧੀਆਂ ਦਾ ਪਿਓ ਮਹਿਜ਼ 4 ਦਿਨ ਪਹਿਲਾਂ ਹੀ ਵਿਦੇਸ਼ ਦੀ ਧਰਤੀ 'ਤੇ ਪੈਰ ਰੱਖਦਾ ਹੈ ਅਤੇ 5ਵੇਂ ਦਿਨ ਅਜਿਹੀ ਮਾੜੀ ਖਬਰ ਸਾਹਮਣੇ ਆਉਂਦੀ ਹੈ ਕਿ ਅੱਜ ਇਹ ਸਾਰਾ ਪਰਿਵਾਰ ਫੁੱਟ ਫੁੱਟ ਕੇ ਰੋ ਰਿਹਾ ਹੈ। ਉੱਥੇ ਪਹੁੰਚਦੇ ਹੀ ਮੁੰਡੇ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਸਦੀ ਜਾਨ ਗਈ ਹੈ ਅਤੇ ਇਸ ਮਗਰੋਂ ਉਸਦੀ ਰੋਂਦੀ ਕੁਰਲਾਉਣ ਦੀ ਮਾਂ ਅਤੇ ਪਰਿਵਾਰਕ ਮੈਂਬਰ ਆਖ ਰਹੇ ਨੇ ਕਿ ਸਾਡਾ ਸਭ ਕੁਝ ਉਜੜ ਚੁੱਕਿਆ। ਹਾਏ ਮਰ ਗਿਆ ਵੀਰਾ, ਅਸੀਂ ਜਿਉਂਦੇ ਹੀ ਮਰ ਗਏ ਹਾਂ, ਸਾਡਾ ਤੋੜ ਗਿਆ ਲੱਕ, ਅਸੀਂ ਜਿਉਂਦੇ ਮਰ ਗਿਆ ਵੇ ਵੀਰਾ। ਕਦੋਂ ਚੜ੍ਹਾ ਕੇ ਆਏ ਕੁਛ? 12 ਤਰੀਕ ਨੂੰ ਮੈਂ ਜਲੰਧਰੋਂ ਚੜ੍ਹਾ ਕੇ ਆਏ ਹਾਂ, ਅਸੀਂ ਸਾਰਾ ਟੱਬਰ ਗਏ ਹਾਂ, ਬੱਸ 'ਤੇ ਚੜ੍ਹਾ ਕੇ ਆਏ ਹਾਂ 12 ਤਰੀਕ ਨੂੰ, 13 ਨੂੰ ਦਿੱਲੀ ਪਹੁੰਚਿਆ, 14 ਨੂੰ ਕਨੇਡਾ ਪਹੁੰਚ ਗਿਆ ਹੈ। ਕੈਨੇਡਾ ਪਹੁੰਚ ਕੇ ਫਿਰ ਗੱਲਬਾਤ ਹੋਈ ਤੁਹਾਡੀ? ਗੱਲਬਾਤ ਹੋਈ, ਉੱਥੇ ਗੁਰਪੁਰ ਵੀ ਮੀਡੀਆ ਪਾਈਆਂ ਨੂੰ ਜਲੇਬੀਆਂ ਫੜਾਉਂਦੇ ਨੇ, ਮੀਡੀਆ ਪਾਈਆਂ ਜਲ ਪੁੱਤਰ ਮੇਰਾ ਸੇਵਾ ਜਾਂਦਾ ਤੈਨੂੰ ਮੇਰੇ ਹਰੀ ਨੜੀ ਵਧਾਨਾ, ਸਾਨੂੰ ਤਾਂ ਪਿੱਛੇ ਹੀ ਬੰਬ ਮਾਰ ਦੇਣਾ। ਹਾਏ ਮੇਰੇ ਬਾਪ, ਤੁਹਾਨੂੰ ਕਿਵੇਂ ਜਾਣਕਾਰੀ ਮਿਲੀ? ਪਾਪਾ ਨੂੰ ਫੋਨ ਆਇਆ ਏ, ਪਰਿਵਾਰ 'ਚ ਕੌਣ ਕੌਣ? ਮੇਰੀ ਬੇਟੀ, ਮੈਨੂੰ, ਮੇਰੀ ਮੇਰੀਆਂ ਪੁੱਤਰੀਆਂ ਨੇ, ਮੇਰਾ ਤਾਂ ਰਹਿ ਗਿਆ ਧੀਆਂ ਡਾਲਾ, ਹਾਏ ਮੇਰਾ ਤਾਂ ਇੱਕੋ ਹੀ ਪੁੱਤਰ ਹੀ ਮੇਰੀ, ਉਹਦੇ ਨਾਲ ਦੁਨੀਆ ਵੱਸਦੀ। ਸਟੱਡੀ ਬੇਸ 'ਤੇ ਗਏ ਸੀ? ਨਹੀਂ, ਕੁਰੇਨਾ ਨੇ ਲਵਾਇਆ ਸੀ, ਪਤਾ ਨਹੀਂ ਕਿਹੜਾ ਲਵਾਇਆ ਸੀ। ਕਦੋਂ ਤੁਹਾਡੀ ਆਖਰੀ ਗੱਲਬਾਤ ਹੋਈ? ਆਖਰੀ ਗੱਲਬਾਤ ਮੇਰੀ ਇਹਨੇ ਸਿਮ ਜਿੱਦਣ ਲਈ ਨਵੀਂ ਜਾ ਕੇ, ਉੱਦਣ ਮੇਰੇ ਨਾਲ ਗੱਲਬਾਤ ਕੀਤੀ 16 ਤਰੀਕ ਰਾਤ ਨੂੰ, ਉਦੋਂ ਹੀ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਹੈ, ਥੋੜ੍ਹੀ ਥੋੜ੍ਹੀ ਕੀਤੀ। ਕਹਿੰਦਾ ਮੰਮੀ ਇੱਧਰ ਜਿਹੜੀ ਦੂਜੀ ਸਿਮ ਦੇ ਵਾਈਫਾਈ ਲੈਣਾ ਪੈਂਦਾ ਹੈ, ਮੈਂ ਸਿਮ ਹੀ ਇੱਧਰ ਨੂੰ ਲੈ ਲੈਂਦਾ ਵਾ, ਲੈ ਲੈ ਖੜੀ ਮੁੜੀ ਮੈਂ ਗੱਲਾਂ ਕਰਨੀਆਂ ਪੈਂਦੀਆਂ ਨੇ, ਹਾਲ ਚਾਲ ਪੁੱਛਣਾ ਪੈਂਦਾ ਹੈ। ਵੱਡਾ ਮੇਰਾ ਪੁੱਤਰ ਹੀ, ਉੱਥੋਂ ਛੋਟੀ ਮੇਰੀ ਧੀ ਹੈ, ਮੇਰੀ ਤੇ ਭੋਲੀ ਨੂੰ ਨੂੰ ਵੱਟੇ ਲੱਗ ਗਏ ਨੇ। ਇਕਲੌਤਾ ਪੁੱਤਰ ਸੀ, ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ, ਕੱਲੀ ਤੇ ਵੀਰਾ ਉਮੀਦਾਂ ਨਾਲ ਹੀ ਦੇ ਨੇ, ਹਾਂ ਉਮੀਦਾਂ ਨਾਲ ਹੀ ਵੀਰਾ ਕੱਲੀ ਦੇ ਨੇ, ਉਮੀਦਾਂ ਨਾਲ ਹੀ ਕੱਲੀ ਦੇ ਨੇ, ਉਮੀਦਾਂ ਨਾਲ ਹੀ ਕੱਲੀ ਦੇ ਨੇ, ਕਰਕੇ ਵੀ ਹੁਣ ਆਪੋ ਆਪਣੇ ਖਰਚੇ ਚੁੱਕਣਗੇ, ਇੰਨਾ ਨਹੀਂ ਪਤਾ ਮੇਰੇ ਸਿਰ ਹੋਰ ਮੈਨੂੰ ਸਿਰ ਮੇਰੇ ਢਾਣ ਨੇ, ਮੇਰੇ ਸਿਰ ਭਾਰੀਆਂ ਪੰਡਾ ਪਾ ਗਿਆ, ਹਾਏ ਮੇਰੇ ਮਾਂ।
ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ, ਕਿੰਨੀ ਕੁ ਉਹਨਾਂ ਦੀ ਉਮਰ ਸੀਗੀ? 33 ਸਾਲ ਦਾ ਸੀ। ਹੈਂ? 33 ਸਾਲ। ਤੁਹਾਡੇ ਕੀ ਲੱਗਦੇ ਸੀਗੇ? ਤੀਜਾ ਮੇਰਾ ਕੁਝ ਦਿਨ ਹੀ ਪਹਿਲੋਂ ਬਾਹਰ ਗਿਆ ਸੀਗੇ, ਪਰਿਵਾਰ 'ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ, ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ 'ਤੇ। ਬਿਲਕੁਲ ਜੀ, ਬਿਲਕੁਲ। ਸੋਚਦੇ ਚਲੋ ਬੱਚਾ ਕਮਾਈ ਕਰੂਗਾ, ਬਾਹਰ ਜਾਊਗਾ, ਉੱਥੇ ਚਲੋ ਨਹੀਂ ਕੁਛ। ਸੁਭਾਅ ਕਿੱਦਾਂ ਦਾ ਸੀਗਾ? ਹਾਂਜੀ, ਬੱਚੇ ਦਾ ਸੁਭਾਅ ਕਿੱਦਾਂ ਦਾ ਸੀਗਾ? ਬਹੁਤ ਨਿੱਘਾ ਸੀਗਾ, ਬਹੁਤ ਪ੍ਰੇਮੀ ਸੀ ਬੰਦਾ, ਕਿਸੇ ਨੇ ਵੀ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਨਾਲ। ਹਾਂਜੀ ਜੀ, ਜ਼ਰੂਰੀ ਬੱਚਿਆਂ ਨੂੰ ਧੀਆ ਪੁੱਤਾ ਕਹਿ ਕੇ ਬੁਲਾਉਂਦਾ ਸੀ। ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ? ਖੇਤੀਬਾੜੀ ਆਪਣੇ ਇੱਥੇ ਘਰੇ ਉਹ ਰੱਖਿਆ ਸੀ, ਤਾਂ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ, ਬੜੇ ਚਾਈ ਚਾਈ ਤੋਰਿਆ ਹੋਊਗਾ। ਹਾਂਜੀ ਹਾਂਜੀ। ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਕਿੱਦਾਂ ਦੇ ਆ? ਠੀਕ ਹੈ, ਸਰਵਿਸ ਕੀਤੀ ਭਾਅ ਜੀ ਨੇ, ਬਾਕੀ ਗੁਜ਼ਾਰਾ ਮਾੜਾ ਮਾੜਾ ਚੱਲਦਾ ਸੀਗਾ। ਬੱਚਾ ਜਿੱਦ ਕਰਦਾ ਸੀ ਕਹਿੰਦੇ ਬਾਹਰ ਜਾਣਾ, ਚਲੋ ਕਿਸ ਤਰ੍ਹਾਂ ਕੱਟ ਲਾ ਕੇ ਅਤੇ ਅਸੀਂ ਭੇਜਤਾ, ਅਤੇ ਚਲੋ ਸੋਚਿਆ ਸੀ ਵੀ ਬੱਚਾ ਕਮਾਈ ਕਰੂਗਾ ਵਿਦੇਸ਼ ਜਾ ਕੇ, ਅਤੇ ਚਲੋ ਕਾਂ ਸੌਖਾ ਵੀ ਬਾਤ। ਦੋ ਬੇਟੀਆਂ ਭਤੀਜੇ ਦੀਆਂ, ਨਿੱਕੇ ਨਿੱਕੇ ਬੱਚੇ ਸੌਂ ਬੈਠੇ ਸਾਡੇ ਕੋਲ। ਔਖਾ ਨਾ, ਮਹਿੰਗਾਈ ਬਹੁਤ ਜ਼ਿਆਦਾ ਆ, ਇੰਨੇ ਪੈਸੇ ਲਾ ਕੇ ਭੇਜਿਆ, ਹੁਣ ਤੁਹਾਨੂੰ ਪਤਾ ਬੜਾ ਔਖਾ ਆ। ਜਦ ਤੱਕ ਕੁਛ ਟਾਈਮ ਲੱਗਾ ਹੁੰਦਾ, ਕਮਾਈ ਕੀਤੀ ਹੁੰਦੀ ਤਾਂ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ। ਔਖਾ ਨਾ, ਬੱਚਾ ਤਾਂ ਇੱਕ ਵਾਰ ਭੇਜਣਾ ਬੜਾ ਔਖਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਮ੍ਰਿਤਕ ਸਰੀਰ ਆ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ, ਪਿੰਡ ਵੱਲੋਂ ਤੁਸੀਂ ਕੀ ਮੰਗ ਕਰਦੇ ਹੋ? ਇਹੀ ਮੰਗ ਕਰਦੇ ਹਾਂ, ਸਾਡੀ ਮਦਦ ਕੀਤੀ ਪਿੰਡ, ਮਤਲਬ ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਆ ਕੋਈ ਚੰਗੇ ਵਧੀਆ ਨਹੀਂ ਗੇ, ਅਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਿਵਾਰ ਦੀ ਸਹਾਇਤਾ ਕਰੇ। ਹਾਂਜੀ ਹਾਂਜੀ। ਹਾਂਜੀ ਸਰ, ਜਿਹੜੀ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ, ਤੁਹਾਡੇ ਕੀ ਲੱਗਦੇ ਸੀਗੇ? ਮੇਰਾ ਬੇਟਾ ਜੀ ਕਦੋਂ ਗਿਆ ਸੀ ਵਿਦੇਸ਼? ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ ਸੀ, 13 ਜੁਲਾਈ ਨੂੰ, ਔਰ 14 ਤਰੀਕ ਨੂੰ ਉੱਥੇ ਪਹੁੰਚੇ ਸਵੇਰੇ। 2-3 ਦਿਨ ਦੇ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਉਹਨੂੰ ਅਟੈਕ ਆ ਗਿਆ। ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ? ਮਹੀਨੇ ਨਹੀਂ ਜੀ, ਇਸੇ ਜੁਲਾਈ 13 ਨੂੰ ਗਏ ਜੀ। ਕੁਝ ਦਿਨ ਹੀ ਹੋਏ ਜੀ? 13 ਤਰੀਕ ਨੂੰ ਫਲਾਈਟ ਸੀਗੀ, 17 ਤਰੀਕ ਨੂੰ ਹਾਦਸਾ ਹੋ ਗਿਆ ਜੀ। ਕਿਵੇਂ ਘਟਨਾ ਵਾਪਰੀ ਹੈ? ਘਟਨਾ ਦਾ ਇਹ ਕਿ ਹੁਣ ਇੱਥੇ ਬੈਠੇ ਹਾਂ ਵਿਦੇਸ਼ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਜਿਹੜੇ ਮੁੰਡੇ ਕੋਲ, ਦੋਸਤ ਕੋਲ ਗਿਆ ਸੀ, ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ, ਉਹ ਮੁੰਡਾ ਕੰਮ ਕਰਦੇ ਚਲ ਗਿਆ, ਇਹ ਘਰ ਸੀਗਾ। ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ, ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਇਹਦਾ ਨਾਮ ਵਰਿੰਦਰ ਸਿੰਘ ਆ, ਵਰਿੰਦਰ ਚਾਹ ਬਣਾਓ। ਇਹਨੇ ਕੋਈ ਆਵਾਜ਼ ਨਹੀਂ ਦਿੱਤੀ। ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ, ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਉਹਨੇ ਫਿਰ ਐਂਬੂਲੈਂਸ ਬੁਲਾਈ। ਐਂਬੂਲੈਂਸ ਆਈ, ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਜੀ ਵੀ ਉਹਨਾਂ ਨੇ। ਉਹਨੂੰ ਚੈੱਕ ਕਰਨ ਤੋਂ ਬਾਅਦ 'ਚ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ। ਪਰਿਵਾਰ ਨੂੰ ਫਿਰ ਕਿੱਦਾਂ ਪਤਾ ਲੱਗਦਾ? ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀਗਾ, ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਹੀ ਇਹ ਘਟਨਾ ਹੁੰਦੀ ਉਹਨੇ ਮੈਨੂੰ ਫੋਨ ਕੀਤਾ ਕਿ ਆਹ ਹਾਦਸਾ ਹੋ ਗਿਆ ਇੱਥੇ।
ਤੇ ਤੁਹਾਡਾ ਕੋਈ ਰਿਸ਼ਤੇਦਾਰ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ? ਉੱਥੇ ਮੇਰਾ ਕੋਈ ਰਿਸ਼ਤੇਦਾਰ ਲੱਗੇ ਹੈ ਨਹੀਂ ਗਾ, ਅਤੇ ਮੇਰੇ ਬੇਟੇ ਦਾ ਥੋੜ੍ਹਾ ਦੋਸਤ ਸੀਗਾ ਪਹਿਲਾਂ, ਅਤੇ ਇਹਦੀ ਜਾਣ ਪਛਾਣ ਸੀਗੀ ਜਲੰਧਰ ਜ਼ਿਲ੍ਹੇ ਦਾ ਬੰਦਾ। ਕਿੰਨੇ ਬੱਚੇ ਤੁਹਾਡੇ? ਮੇਰੇ ਦੋ ਹੀ ਬੱਚੇ, ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ। ਕਿੰਨੀ ਕੁ ਉਮਰ ਸੀ? ਲਗਭਗ 33 ਈਅਰਸ। ਆਖਰੀ ਕਦੋਂ ਗੱਲਬਾਤ ਹੋਈ ਤੁਹਾਡੇ ਨਾਲ? ਉਸੇ ਦਿਨ ਰਾਤ ਨੂੰ, ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸਵੇਰੇ ਫੋਨ ਆਇਆ, 16 ਤਰੀਕ ਨੂੰ ਰਾਤ ਨੂੰ ਘੰਟਾ ਅੱਧਾ ਘੰਟਾ ਸਾਡੇ ਨਾਲ ਗੱਲਾਂ ਕਰਦਾ ਰਿਹਾ। ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉੱਥੇ ਗੁਰੂ ਦਾ ਗੁਰਦੁਆਰਾ ਸਾਹਿਬ ਉੱਥੇ ਸੇਵਾ ਕਰਦੇ ਉਹ ਸਾਰਾ ਉਹਨੇ ਜੋ ਵੀ ਹੈਗਾ ਸਾਡੇ ਨਾਲ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਇੱਥੇ, ਤੁਸੀਂ ਫਿਕਰ ਨਾ ਕਰੋ। ਜਦੋਂ ਰਾਤ ਪੈ ਗਈ ਦਿਨ ਚੜਿਆ ਗਿਆ ਖਬਰ ਮਿਲ ਗਈ ਸਾਨੂੰ। ਭਵਿੱਖ ਨੂੰ ਲਿਆ ਕੇ ਕੀ ਸੋਚਦੇ ਸੀ? ਹਾਂਜੀ, ਭਵਿੱਖ ਨੂੰ ਲੈ ਕੇ ਕੀ ਹੈਗੀਆਂ ਤੁਹਾਡੀਆਂ ਯੋਜਨਾਵਾਂ? ਭਵਿੱਖ ਨੂੰ ਅਸੀਂ ਹੁਣ ਇਹੀ ਚਾਹੁੰਦੇ ਹਾਂ ਕਿ ਮਦਦ ਕਰੇ, ਕਿਉਂਕਿ ਇੱਕ ਤਾਂ ਜਾਣ ਵੇਲੇ ਬੱਚੇ ਨੂੰ ਜਦੋਂ ਆਪਾਂ ਭੇਜਦੇ ਹਾਂ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ, ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਕਿ ਗੌਰਮੈਂਟਾਂ ਨੂੰ ਕੋਈ ਚਾਹੀਦਾ ਕਿ ਕੁਛ ਨਾ ਕੁਛ ਹੈਲਪ ਕਰਨ ਕਿਸੇ ਚੀਜ਼ ਦੀ ਬਦਲੇ। ਜਿੰਨੇ ਪੈਸੇ ਜਾਣ ਲੱਗਿਆ ਲੱਗਣ ਡੇ ਉਨੇ ਪੈਸੇ। ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਆ ਇੱਥੇ ਭਾਰਤ ਲਿਆ ਰਹੇ ਹੋ? ਸਾਡੀ ਇਹੋ ਚੋਇਸ ਹੈ, ਸਾਡਾ ਇੱਥੇ ਸਰੀਰ ਉਹ ਤਾਂ ਭਾਰਤ ਆਵੇ ਅਤੇ ਇੱਥੇ ਅਸੀਂ ਹੁਣ ਆਪਣੇ ਹੱਥਾਂ ਨਾਲ ਸੰਸਕਾਰ ਕਰੀਏ। ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਹੈਲਪ ਕਰਨ ਇਸ ਚੀਜ਼ ਦੇ ਵਿੱਚ, ਜੋ ਵੀ ਕਾਨੂੰਨੀ ਸਹਾਇਤਾ ਨੇ ਸਾਡੇ ਨਾਲ।